ਹਾਂਜੀ ਦੋਸਤੋ ਸਵਾਗਤ ਕਰਦੀ ਹਾਂ ਤੁਹਾਡਾ ਅਰੋੜਾ ਕਲਾਸਿਸ ਦੇ ਆਨਲਾਈਨ ਪਲੇਟਫਾਰਮ ਤੇ ਤਾਂ ਅੱਜ ਤੁਹਾਡੀ ਜੜੀ ਬੂਟੀ ਮੈਮ ਇੱਕ ਨਿਊ ਇਨੀਸ਼ੀਏਟਿਵ ਇੱਕ ਛੋਟੀ ਜਿਹੀ ਸ਼ੁਰੂਆਤ ਤੁਹਾਡੇ ਲਈ ਕੀਤੀ ਹੈ 5 ਮਿੰਟ 5 ਟ੍ਰਿਕਸ ਹਨਾ ਹੁਣ ਕਾਫੀ ਟੌਪਿਕਸ ਇਦਾਂ ਦੇ ਹੁੰਦੇ ਆ ਜਿਨ੍ਹਾਂ ਨੂੰ ਪੜ੍ਹਦੇ ਹੀ ਸਾਡਾ ਦਿਮਾਗ ਹੈ ਜਿਹੜਾ ਉਹ ਚੱਕਰ ਖਾਣੇ ਸਟਾਰਟ ਕਰ ਦਿੰਦਾ ਹੈ ਹਨਾ ਤਾਂ ਉਹਦੇ ਲਈ ਵੀ ਘਬਰਾਣਾ ਨਹੀਂ ਹੈ ਤੁਹਾਡੇ ਜੜੀ ਬੂਟੀ ਮੈਮ ਆਲਵੇਜ਼ ਅਵੇਲੇਬਲ ਫॉर ਯੂ ਠੀਕ ਹੈ ਤਾਂ ਹੁਣ ਆਪਾਂ ਕੀ ਕਰਿਆ ਕਰਾਂਗੇ ਇੱਕ ਵੀਕ ਦੇ ਅੰਦਰ ਇਦਾਂ ਦੀ ਇੱਕ ਵੀਡੀਓ ਅਪਲੋਡ ਕਰਿਆ ਕਰਾਂਗੇ ਜਿਹਦੇ ਅੰਦਰ ਤੁਸੀਂ ਕਿਸੇ ਵੀ ਮੁਸ਼ਕਿਲ ਟੌਪਿਕ ਨੂੰ ਟ੍ਰਿਕਸ ਦੇ ਫਾਰਮ ਵਿੱਚ ਦੇਖੋਗੇ ਚਾਹੇ ਤੁਸੀਂ ਪੀਐਸ ਸਟੇਟ ਦੀ ਤਿਆਰੀ ਕਰ ਰਹੇ ਹੋ ਚਾਹੇ ਮਾਸਟਰ ਕੈਡਰ ਦੀ ਤਿਆਰੀ ਕਰ ਰਹੇ ਹੋ ਜੀਬੀਟੀ ਐਨਟੀਟੀ ਈਟੀਟੀ ਜਾਂ ਪੰਜਾਬ ਸਟੇਟ ਐਗਜ਼ਾਮ ਦਾ ਕੋਈ ਵੀ ਤੁਸੀਂ ਪੇਪਰ ਦੇ ਰਹੇ ਹੋ ਤੁਹਾਨੂੰ ਸਾਇੰਸ ਦੀ ਹਰ ਇੱਕ ਜਿਹੜਾ ਕੁਐਸਚਨ ਹੈ ਉਹ ਟ੍ਰਿਕਸ ਦੀ ਫਾਰਮ ਵਿੱਚ ਮੈਂ ਇੱਥੇ ਕਰਵਾਉਂਗੀ ਸਿਰਫ 5 ਮਿੰਟ ਤੁਹਾਡੇ ਲਵਾਂਗੀ ਤੇ 5 ਟੌਪਿਕ ਤੁਹਾਡੇ ਕਲੀਅਰ ਹੋ ਜਾਇਆ ਕਰਨਗੇ ਠੀਕ ਹੈ ਤਾਂ ਪਹਿਲਾਂ ਤਾਂ ਮੈਨੂੰ ਕਮੈਂਟ ਸੈਸ਼ਨ 'ਚ ਇਹ ਦੱਸ ਦੇਣਾ ਕਿ ਤੁਹਾਨੂੰ ਮੇਰੀ ਇਹ ਸ਼ੁਰੂਆਤ ਕਿੱਦਾਂ ਦੀ ਲੱਗੀ ਹੈ ਤੁਹਾਡਾ ਇਨੀਸ਼ੀਏਟਿਵ ਤੁਹਾਨੂੰ ਮੇਰਾ ਕਿੱਦਾਂ ਦਾ ਲੱਗਿਆ ਤੇ ਹੁਣ ਆਪਾਂ ਸਟਾਰਟ ਕਰਦੇ ਹਾਂ ਟ੍ਰਿਕ ਨੰਬਰ 1 ਤੋਂ ਠੀਕ ਹੈ ਜੀ ਤਾਂ ਦੇਖ ਲਈਏ ਅੱਜ ਦੀ ਟ੍ਰਿਕ ਨੰਬਰ 1 ਕੀ ਹੋਣ ਵਾਲੀ ਹੈ ਹਾਂਜੀ ਓਕੇ ਚਲੋ सो लेट्स स्टार्ट तो आज से अपनी फर्स्ट जेडी ट्रिक है जी वो हैगी है लर्न बैक्टीरियल डिसीज अच्छा कहते मैम आज लर्न करवाएंगे कि बीमारियां जेडियां ने वो बैक्टीरिया दे नाल होन वालियां वो केड़ियां-केड़ियां होंदियां देखो इस बार फायरमैन विच भी क्वेश्चन आ चुके हैं सेम कि वायरल डिसीज केड़ी सी बैक्टीरियल डिसीज केड़ी सी है ना तो बाकी एग्जाम दे विच भी बड़ी वेटेज रहती है डिसीज दे बेस ते ठीक है तो अज आप सारी डिसीज नू टिप्स ते याद करांगे तो सब तो पहली अपनी ट्रिक है जी लर्न बैक्टीरियल डिसीज नू लर्न करन वास्ते ਤੁਸੀਂ ਦੇਖਣਾ ਹੈ ਕਹਿੰਦੇ ਇੱਕ ਫਰੈਂਡ ਸੀਗਾ ਠੀਕ ਹੈ ਇੱਕ ਫਰੈਂਡ ਸੀ ਰੈਸਟੋਰੈਂਟ ਵਿੱਚ ਕੰਮ ਕਰਦਾ ਸੀ ਤੇ ਉਹਦੇ ਜਦੋਂ ਦੂਸਰੇ ਫਰੈਂਡਸ ਆਉਂਦੇ ਆ ਨਾ ਖਾਣਾ ਪਾਣੀ ਪੀਣ ਤਾਂ ਉਹਦਾ ਮਜ਼ਾਕ ਉਡਾਉਣ ਲੱਗਦੇ ਆ ਕੀ ਕਰਦੇ ਆ ਉਹਦਾ ਮਜ਼ਾਕ ਉਡਾ ਰਹੇ ਤੇ ਕਹਿੰਦੇ ਆ ਕਹਿੰਦੇ ਅਗਰ ਟਿਪ ਤੂੰ ਚਾਹਤਾ ਹੈ ਅਗਰ ਟਿਪ ਤੂੰ ਚਾਹਤਾ ਹੈ ਤੋ ਡਿਪ ਟੀ ਲੇ ਆ ਅਗਰ ਟਿਪ ਤੂੰ ਚਾਹਤਾ ਹੈ ਤੋ ਡਿਪ ਟੀ ਲੇ ਆ ਇਸ ਲਾਈਨ ਤੋਂ ਬਾਅਦ ਮੈਮ ਸਾਨੂੰ ਬੈਕਟੀਰੀਅਲ ਡਿਸੀਜ਼ ਕਿਵੇਂ ਲਰਨ ਹੋਈਆਂ ਤਾਂ ਚਲੋ ਜੀ ਆਈਏ ਲਰਨ ਕਰਵਾਈਏ ਤੁਹਾਨੂੰ ਹਾਂਜੀ ਟੀ ਤੋਂ ਤੁਸੀਂ ਯਾਦ ਰੱਖੋਗੇ ਟਿਊਬਰਕਲੋਸਿਸ ਟੀ ਤੋਂ ਕੀ ਯਾਦ ਰੱਖੋਗੇ ਟਿਊਬਰਕਲੋਸਿਸ ਠੀਕ ਹੈ ਜੀ ਟਿਊਬਰਕਲੋਸਿਸ ਟੀਬੀ ਜਿਹੜੀ ਬਿਮਾਰੀ ਹੈ ਆਲਸੋ ਅ ਬੈਕਟੀਰੀਅਲ ਡਿਸੀਜ਼ ਪੀ ਤੋਂ ਯਾਦ ਰੱਖੋਗੇ ਨਿਮੋਨੀਆ ਪੀ ਤੋਂ ਕਿਹੜੀ ਬਿਮਾਰੀ ਯਾਦ ਰੱਖੋਗੇ ਨਿਮੋਨੀਆ ਤੂ ਤੋਂ ਯਾਦ ਰੱਖੋਗੇ ਟਾਈਫਾਇਡ ਤੂ ਤੋਂ ਕੀ ਯਾਦ ਰੱਖੋਗੇ ਜੀ ਟਾਈਫਾਇਡ ਬਿਮਾਰੀ ਚਾਹਤਾ ਹੈ ਤੋ ਯਾਦ ਰੱਖੋਗੇ ਕਲੋਰਾ ਬਿਮਾਰੀ ਕਿਹੜੀ ਬਿਮਾਰੀ ਹੈ ਜੀ ਕਲੋਰਾ ਬਿਮਾਰੀ ਠੀਕ ਹੈ ਇਸ ਤੋਂ ਅੱਗੇ ਕੀ ਹੈ ਆਪਣੇ ਕੋਲ ਹੈ ਕੁਛ ਵੀ ਨਹੀਂ ਹੈ ਠੀਕ ਹੈ ਉਸ ਤੋਂ ਬਾਅਦ ਡੀ ਤੋਂ ਯਾਦ ਰੱਖੋਗੇ ਡਾਇਪਥੀਰੀਆ ਡੀ ਤੋਂ ਕੀ ਯਾਦ ਰੱਖੋਗੇ ਡਾਇਪਥੀਰੀਆ ਟੀ ਤੋਂ ਯਾਦ ਰੱਖੋਗੇ ਟੈਟਨਸ ਠੀਕ ਹੈ ਔਰ ਐਲ ਤੋਂ ਯਾਦ ਰੱਖੋਗੇ ਲੈਪਰੋਸੀ ਐਲ ਤੋਂ ਯਾਦ ਰੱਖੋਗੇ ਲੈਪਰੋਸੀ ਠੀਕ ਹੈ ਜੀ ਤਾਂ ਜਲਦੀ ਜਲਦੀ ਮੇਰੇ ਨਾਲ ਲਾਈਨ ਨੂੰ ਬੋਲੋ ਟਿਪ ਤੂੰ ਚਾਹਤਾ ਹੈ ਤੋ ਪਹਿਲੇ ਡਿਪ ਟੀ ਲੇ ਆ ਟਿਪ ਤੂੰ ਚਾਹਤਾ ਹੈ ਤੋ ਪਹਿਲੇ ਡਿਪ ਟੀ ਲੇ ਆ ਇਸ ਅਕੋਰਡਿੰਗ ਆਪਾਂ ਸਾਰੀ ਦੀ ਸਾਰੀ ਬੈਕਟੀਰੀਅਲ ਡਿਸੀਜ਼ ਨੂੰ ਲਰਨ ਕਰ ਚੁੱਕੇ ਹਾਂ ਠੀਕ ਹੈ ਜੀ ਦੈਟ ਇਜ਼ ਦਾ ਟ੍ਰਿਕ ਨੰਬਰ 1 ਫਟਾਫਟ ਕਮੈਂਟ ਕਰਕੇ ਦੱਸ ਦਿਓ ਟ੍ਰਿਕ ਨੰਬਰ 1 ਕਿਦਾਂ ਦੀ ਲੱਗੀ ਹੈ ਚਲਦੇ ਹਾਂ ਆਪਾਂ ਟ੍ਰਿਕ ਨੰਬਰ 2 ਦੀ ਤਰਫ ਕਿ ਆਖਿਰ ਭਈ ਸੈਕਿੰਡ ਟ੍ਰਿਕ ਸਾਨੂੰ ਕੀ ਕਹਿ ਰਹੀ ਹੈ ਚਲੋ ਬਈ ਤਾਂ ਸੈਕਿੰਡ ਟ੍ਰਿਕ ਦੇਖ ਲੈਂਦੇ ਹਾਂ ਕਹਿੰਦੇ ਟ੍ਰਿਕ ਨੰਬਰ 2 ਹੈ ਵਾਇਰਲ ਡਿਸੀਜ਼ ਵਾਇਰਸ ਨਾਲ ਹੋਣ ਵਾਲੀ ਕਿਹੜੀ ਕਿਹੜੀ ਬਿਮਾਰੀਆਂ ਹੁੰਦੀਆਂ ਹਾਂਜੀ ਤਾਂ ਦੇਖ ਲਈਏ ਟ੍ਰਿਕ ਨੰਬਰ 2 ਦੇ ਅੰਦਰ ਵਾਇਰਸ ਨਾਲ ਹੋਣ ਵਾਲੀ ਬਿਮਾਰੀਆਂ ਆਪਣੀਆਂ ਆ ਵਾਇਰਸ ਕੁੰਮੀ ਵੀ ਜਾ ਰਿਹਾ ਇੱਕ ਹਨਾ ਆਪਾਂ ਪੂਰੇ 2 ਈਅਰ ਇੱਕ ਵਾਇਰਸ ਨਾਲ ਬਿਤਾਏ ਹੈ ਕਮੈਂਟ ਸੈਸ਼ਨ ਦੱਸੋ ਫਟਾਫਟ ਕਿਹੜਾ ਵਾਇਰਸ ਸੀ ਉਹ ਹਾਂਜੀ ਦੇਖਾਂਗੇ ਮੈਂ ਕਿਨੂੰ ਕਿਨੂੰ ਪਤਾ ਸੀ ਕੌਣ ਭੁੱਲਿਆ ਹਾਂ ਚਲੋ ਤਾਂ ਦੇਖ ਲੈਂਦੇ ਹਾਂ ਵਾਇਰਲ ਡਿਸੀਜ਼ ਨੂੰ ਕਿਵੇਂ ਲਰਨ ਕਰਨਾ ਹੈ ਤਾਂ ਲਾਈਨ ਲਰਨ ਕਰਨੀ ਹੈ ਤੁਸੀਂ ਡਾਕਟਰ ਮਿਸ਼ਰਾ ਅਰੇ ਭਾਈ ਭਾਈ ਕੌਣ ਸੇ ਡਾਕਟਰ ਹੈ ਹਮਾਰੇ ਡਾਕਟਰ ਮਿਸ਼ਰਾ ਜੀ ਹਾਂ ਸੋ ਤਾਂ ਡਾਕਟਰ ਮਿਸ਼ਰਾ ਬੈਸਟ ਹੈ ਐਮਪੀ ਵਾਲੇ ਕੌਣ ਸੇ ਐਮਪੀ ਵਾਲੇ ਡਾਕਟਰ ਮਿਸ਼ਰਾ ਹੈ ਕਹਿੰਦੇ ਬੜੇ ਬੈਸਟ ਹੈ ਕਿਸਕੇ ਹੈ ਵੋ ਨਹੀਂ ਮੇਰੇ ਕੋ ਪਤਾ ਬਸ ਇਤਨਾ ਪਤਾ ਹੈ ਕਿ ਬੈਸਟ ਹੈ ਤੋ ਡਾਕਟਰ ਮਿਸ਼ਰਾ ਬੈਸਟ ਹੈ ਐਮਪੀ ਵਾਲੇ ਠੀਕ ਹੈ ਤੋ ਇਸਸੇ ਹਮੇ ਮੈਮ ਕੌਨ ਕੌਨ ਸੀ ਬਿਮਾਰੀਆਂ ਯਾਦ ਹੋ ਗਈ ਤੋ ਸਬਸੇ ਪਹਿਲੇ ਆਪਕੀ ਵਾਇਰਲ ਡਿਸੀਜ਼ ਮੇ ਆ ਜਾਏਗਾ ਜੀ ਆਪਕਾ ਮਿੱਤਰ ਪਿਆਰਾ ਡੇਂਗੂ ਕੌਨ ਆ ਜਾਏਗਾ ਡੇਂਗੂ ਠੀਕ ਹੈ ਐਮ ਸੇ ਯਾਦ ਕਰੋਗੇ ਮੀਜ਼ਲਸ ਜਿਹਨੂੰ ਤੁਸੀਂ ਖਸਰਾ ਰੋਗ ਬੋਲਦੇ ਹੋ ਕੀ ਬੋਲਦੇ ਹੋ ਖਸਰਾ ਰੋਗ ਠੀਕ ਹੈ ਆਈ ਤੋਂ ਯਾਦ ਕਰੋਗੇ ਇਨਫਲੂਐਂਜ਼ਾ ਇਨਫਲੂਐਂਜ਼ਾ ਠੀਕ ਹੈ ਐਸ ਤੋਂ ਯਾਦ ਕਰੋਗੇ ਸਵਾਈਨ ਫਲੂ ਐਸ ਤੋਂ ਕੀ ਯਾਦ ਕਰੋਗੇ ਜੀ ਸਵਾਈਨ ਫਲੂ ਠੀਕ ਹੈ ਐਚ ਤੋਂ ਯਾਦ ਕਰੋਗੇ ਹੈਪਾਟਾਈਟਿਸ ਐਚ ਤੋਂ ਕੀ ਯਾਦ ਕਰੋਗੇ ਹੈਪਾਟਾਈਟਿਸ ਆਰ ਤੋਂ ਯਾਦ ਕਰੋਗੇ ਰੈਬੀਜ਼ ਤੇ ਏ ਤੋਂ ਯਾਦ ਕਰੋਗੇ ਏਡਸ ਏ ਤੋਂ ਕੀ ਯਾਦ ਕਰੋਗੇ ਏਡਸ ਤਾਂ ਮਿਸ਼ਰਾ ਤੋਂ ਦੇਖੋ ਕਿੰਨੀ ਸਾਰੀ ਬਿਮਾਰੀਆਂ ਆਪਾਂ ਕਰ ਚੁੱਕੇ ਹਾਂ ਉਸ ਤੋਂ ਬਾਅਦ ਹਲੇ ਹੋਰ ਵੀ ਕਰਾਂਗੇ ਬੈਸਟ ਦੇ ਐਸ ਤੋਂ ਯਾਦ ਕਰੋਗੇ ਸਮਾਲ ਪੌਕਸ ਕਿਹੜੀ ਬਿਮਾਰੀ ਯਾਦ ਕਰੋਗੇ ਜੀ ਸਮਾਲ ਪੌਕਸ ਠੀਕ ਹੈ ਜੀ ਹੋਰ ਕਿਹੜੀ ਕਰ ਸਕਦੇ ਹੋ ਤਾਂ ਬਸ ਇੱਕ ਲਾਸਟ ਹੋਰ ਕਰ ਲੈਣਾ ਜ਼ਿਆਦਾ ਨਹੀਂ ਆਪਾਂ ਕਰਾਂਗੇ P4 ਪੋਲੀਓ P4 ਪੋਲੀਓ ਓਕੇ ਤਾਂ ਦੇਖੋ ਬਈ ਕੀ ਲਾਈਨ ਸੀ ਫਟਾਫਟ ਬੋਲ ਦਿਓ ਹਾਂਜੀ ਮਿਸ਼ਰਾ ਜੀ ਹਾਂ ਡਾਕਟਰ ਮਿਸ਼ਰਾ ਬੈਸਟ ਹੈ ਐਮਪੀ ਵਾਲੇ ਡਾਕਟਰ
मिश्रा बेस्ट है एमपी वाले, इनके थ्रू आप सारी की सारी वायरल डिसीज न भी कवर कर चुके हैं। समझ आ गई है वायरल डिसीज। तो हम अगर क्वेश्चन आ जाए बैक्टीरिया वाली केड़ी है, वायरस वाली केड़ी है, तो सोच लेना मिश्रा जी को बुलाना पड़ेगा या चाय के लिए टिप देनी पड़ेगी। ठीक है, तो चले अपनी ट्रिक नंबर 3 की तरफ। फटाफट कमेंट कर दो सेकेंड ट्रिक किवें दी लगी है। चलो आओ भाई नेक्स्ट चलते हैं ट्रिक नंबर 3 ते। नेक्स्ट चलते हैं ट्रिक नंबर 3 ते। तो थर्ड अपनी ट्रिक है जी फंगल डिसीज नु किवें लर्न कर सकते हैं। फंगल यानी कि जिदा जेड़ा कारण है वो फंगस होएगा, है ना। तो हुन तुसी बड़ी सबर दे नाल मेरी वीडियो सुन रहे हो ना, मेनू झेल भी रहे हो। तो अज दी ट्रिक भी है सबर। केड़ी है? सबर। ठीक है, तो फंगल डिसीज सारी दी सारी आपां सबर दी फॉर्म च लर्न कर सकते हैं। सबर दा मतलब की है जी, सब तो फर्स्ट डिसीज है स्कैबिस। ठीक है, पहली डिसीज केड़ी है साडी स्कैबिस। उस तो बाद है अस्थमा। उस तो बाद की है साडी अस्थमा बीमारी। ठीक है, जदों पंप दे नाल साह लेना पैंदे। उस तो बाद है जी बाल्डनेस। बाल्डनेस होंदी है हेयर फॉल होना शुरू हो जाना। ओके, उस तो बाद साडी जिहड़ी बीमारी आंदी है वो आंदी है एथलीट फूट। एथलीट फूट। ओके, एंड द आर इज रिंग वॉम। आर इज रिंग वॉम। ये सारी की सारी बीमारियां केड़ियां ने तोड़िया फंगल डिसीज। ठीक है, तो चलते हैं आप ट्रिक नंबर 4 ते। ट्रिक नंबर 4 इज द प्रोटोजोआ डिसीज। कि आप प्रोटोजोआ नाल होने वाली बीमारियां नू किवें याद कर सकते हैं। तो इन्हें लिए तुसे याद रखना है दीपक में सूरज। की याद रखोगे? दीपक में सूरज। इन्हें नाल तुसे याद करोगे प्रोटोजोआ डिसीज। तो सब तो पहली बीमारी है जी डायरिया। सब तो पहली बीमारी केड़ी है तोड़ी डायरिया। ठीक है, उस तो बाद तोड़े कोले है पायोरिया। पी तो याद रखोगे पायोरिया है, जब पता नहीं था ना टूथपेस्ट में नमक तो दांतों की बीमारी होती है ये। ठीक है, क तो याद रखोगे काला अजार। क तो की याद रखोगे काला अजार नाम दी बीमारी है। म तो याद रखोगे मलेरिया। म से क्या याद रखेंगे? मलेरिया। एंड स से याद रखेंगे स्लीपिंग सिकनेस। क्या याद रखेंगे? स्लीपिंग सिकनेस। ठीक है जी, तो ट्रिक नंबर 4 बता दो कैसी लगी। प्रोटोजोआ डिसीज को याद करना है तो बोलेंगे दीपक में सूरज। नेक्स्ट इज द ट्रिक नंबर 5 जिसमें हम देखेंगे टाइप ऑफ विटामिन नु किवें केड़े केड़े टाइप ऑफ विटामिन होंगे। तो विटामिन जेड़े दो तरीके दे, फर्स्ट आर द लिपिड सोल्यूबल या फिर आप कही फैट सोल्यूबल। ठीक है, दूसरे होंगे ने वॉटर सोल्यूबल। तो टोटल विटामिन लिखन लगी है पहला मैं, फर्स्ट इज ए बी सी डी ई और के। ठीक है, हुन इन विच फैट वाले केड़े है ते वाटर वाले केड़े है। तो याद रखना है आज दे सेशन च आई है कैटी। कौन आई है? मानो बिल्ली है, म्याऊ। लो जी ये आ गई। ठीक है, और साथ में ये लेके आ गई बॉल। क्या लेके आ गई? साथ में बॉल। तो कौन कौन है भाई? पहली बात तो ये कैट है, दूसरा हमारे पास बॉल है, और ये दोनों किस में खेल रहे हैं? पानी में खेल रहे हैं। तो वाटर सोल्यूबल विटामिन कौन कौन से होंगे? बी और सी, बॉल और कैट। बाकी सारे के सारे हो जाएंगे फैट सोल्यूबल। ठीक है, तो आज की ट्रिक नंबर 1 थी जी बैक्टीरियल डिसीज। ट्रिक नंबर 2 इज द वायरल डिसीज। ट्रिक नंबर 3 आर द फंगल डिसीज। ट्रिक नंबर 4 आर द प्रोटोजोआ डिसीज। एंड द ट्रिक नंबर 5 आपकी है टाइप्स ऑफ विटामिन। तो किदां दी लगी है सीरीज जरूर दसना है। इन दे नाल ही अगर तुसी इदां दियां अमेजिंग ट्रिक्स नाल जुड़ना चाहते हो तो फटाफट इस QR कोड नु स्कैन करो ते डिस्क्रिप्शन च दित्ते हुए लिंक नु जॉइन करके पहुंच जाओ जड़ी बूटी चैनल इशिका साइंस जोन दे उपर। ठीक है, ताकि मेरे रिलेटेड हर अपडेट तुहानू मिलदी रहे। इंदे नाल ही PS TET दा बिल्कुल फ्रेश बैच जिहड़ा है वो स्टार्ट होने जा रहा है जी। तो जल्दी जल्दी तुसी इस बैच दे विच इनरोलमेंट लै सकदे हो। इस तो बिना पंजाब स्टेट दा भी जिहड़ा न्यू बैच है 9 अक्टूबर तो स्टार्ट हो रहा है। SSC दा बैच जिहड़ा है वो 16 अक्टूबर तो स्टार्ट हो रहा है। तो एग्रीकल्चर डिपार्टमेंट दे विच भी अगर तुसी करनी है तरक्की तो भी तुसी अरोड़ा क्लासेस दे बैच नू परचेज कर सकदे हो। पर एक गल याद रखनी है, कोई भी बैच परचेज करन तो पहला आपां ने कूपन कोड लगाना है जी, केड़ा? AC291। ठीक है, AC291 कूपन कोड लगाएं, हर एक समस्या को दूर भगाएं। मैं तुहाडी जड़ी बूटी बनांगी, हर प्रॉब्लम दा सोल्यूशन करांगी। ठीक है जी, ओके। जिन्होंने हुण भाई लाइक नहीं किया तो लाइक कर दो, शेयर नहीं किया शेयर कर दो, कमेंट नहीं किया कमेंट कर दो, तो जिन्होंने चैनल नहीं सबसक्राइब किया फटाफट बैल आइकन प्रेस कर लो। ओके जी, तो मिलते हैं आप इदां दी अमेजिंग वीडियोज़ के नाल। थैंक यू सो मच। बाय बाय, टेक केयर, ऑल द बेस्ट फॉर एग्जाम।